ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਸਮ੍ਰਿਤੀ ਓਬਰਾਏ, ਮਿਸਿਸ ਪੰਜਾਬ 2017, ਅਤੇ ਅੱਜ ਸ਼ੁਰੂ ਹੋਣ ਜਾ ਰਿਹਾ ਨਵਾਂ ਇੱਕ ਸੀਜ਼ਨ, ਜੋ ਕਿ ਹੈ ਪੰਜਵਾਂ ਸੀਜ਼ਨ ਮਿਸਿਸ ਪੰਜਾਬ ਦਾ, ਜੋ ਕਿ ਕਰਵਾਇਆ ਜਾ ਰਿਹਾ 9 to 9 ਐਂਟਰਟੇਨਮੈਂਟ ਵੱਲੋਂ, ਔਰ ਬਹੁਤ ਹੀ ਸ਼ਾਨਦਾਰ, ਬਹੁਤ ਵਧੀਆ ਓਪਰਚੁਨਿਟੀ ਹੈ ਮੈਰਿਡ ਲੇਡੀਜ਼ ਲਈ, ਜੋ ਕਿ ਉਹਨਾਂ ਦਾ ਕਰੀਅਰ ਦੇ ਵਿੱਚ ਇੱਕ ਬਹੁਤ ਵੱਡਾ ਬੂਮ ਲੈ ਕੇ ਆਉਂਦੇ ਆ। ਤੁਸੀਂ ਜਿਹੜੇ ਲੋਕ ਮੈਨੂੰ ਫੋਲੋ ਕਰਦੇ ਨੇ ਜਾਂ ਮਿਸਿਸ ਪੰਜਾਬ ਨੂੰ ਫੋਲੋ ਕਰਦੇ ਨੇ, ਉਹ ਦੇਖ ਰਹੇ ਨੇ ਕਿ ਮਿਸਿਸ ਪੰਜਾਬ ਤੋਂ ਬਾਅਦ ਮੇਰੀ ਲਾਈਫ ਦੇ ਵਿੱਚ ਕੀ ਤਬਦੀਲੀਆਂ ਆਈਆਂ। ਬਹੁਤ ਜ਼ਿਆਦਾ ਇੱਕ ਅੱਛੀ ਓਪਰਚੁਨਿਟੀ ਮੈਨੂੰ ਮਿਲੀ, ਮੈਂ ਇੱਥੇ ਪਾਰਟੀਸਪੇਟ ਕੀਤਾ, ਆਪਣਾ ਟੈਲੈਂਟ ਦਿਖਾਇਆ, ਔਰ ਉਸ ਤੋਂ ਬਾਅਦ ਮੇਰੀ ਲਾਈਫ ਦੇ ਵਿੱਚ ਡਿਫਰੈਂਟ ਔਰ ਸਕਸੈਸ ਵੱਲ ਜੋ ਮੈਂ ਦਿਨੋ ਦਿਨ ਵੱਧ ਰਹੀ ਹਾਂ, ਉਹ ਸਾਰਾ ਕ੍ਰੈਡਿਟ ਮਿਸਿਸ ਪੰਜਾਬ ਨੂੰ ਜਾਂਦਾ। ਅਤੇ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ 2019 ਮਿਸਿਸ ਪੰਜਾਬ ਦਾ ਸਫ਼ਰ, ਔਰ ਅੱਜ ਸਾਡਾ ਪਹਿਲਾ ਆਡੀਸ਼ਨ ਹੈ ਲੁਧਿਆਣਾ ਸ਼ਹਿਰ ਦੇ ਵਿੱਚ, ਰੈਡੀਸਨ ਬਲੂ ਦੇ ਵਿੱਚ, ਔਰ ਵੱਧ ਚੜ੍ਹ ਕੇ ਲੇਡੀਜ਼ ਹਿੱਸਾ ਲੈ ਰਹੀਆਂ ਨੇ। ਬਹੁਤ ਮਜ਼ੇਦਾਰ ਹੋਣ ਵਾਲੀ ਹੈ ਸਾਡੀ ਇਹ ਜਰਨੀ। ਆਈ ਹੋਪ ਕਿ ਤੁਸੀਂ ਸਾਰੇ ਸਾਡਾ ਮਿਸਿਸ ਪੰਜਾਬ ਇੰਜੋਏ ਕਰੋਗੇ, ਔਰ ਅਸੀਂ ਨਾਲ ਨਾਲ ਤੁਹਾਨੂੰ ਸਾਰੀਆਂ ਅਪਡੇਟਸ ਦਿੰਦੇ ਰਹਾਂਗੇ। ਜ਼ਿਆਦਾ ਅਪਡੇਟਸ ਲਈ ਸਾਡੇ ਪੇਜ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਜੇ ਹਾਲੇ ਤੱਕ ਤੁਸੀਂ ਸਾਡਾ ਪੇਜ ਲਾਈਕ ਨਹੀਂ ਕੀਤਾ ਮਿਸਿਸ ਪੰਜਾਬ, ਤਾਂ ਹੁਣੇ ਲਾਈਕ ਕਰੋ, ਔਰ ਸਾਰੀਆਂ ਜਾਣਕਾਰੀਆਂ ਟਾਈਮ ਟੂ ਟਾਈਮ ਨਾਲ ਦੀ ਨਾਲ ਲਵੋ, ਔਰ ਹਮੇਸ਼ਾ ਅਸੀਂ ਤੁਹਾਨੂੰ ਅਪਡੇਟ ਕਰਾਂਗੇ। ਔਰ ਮੈਂ ਸਪੈਸ਼ਲੀ ਅੱਜ ਸਾਡਾ ਸ਼ੋਅ ਸ਼ੁਰੂ ਹੋ ਰਿਹਾ, ਅਤੇ ਮੈਂ ਇੱਕ ਚੀਜ਼ ਕਹਿਣਾ ਚਾਹੂੰਗੀ ਕਿ ਲੋਕਾਂ ਦੀ ਮਿਸਗਾਈਡਨੈਸ ਤੋਂ ਬਚੋ। ਲੋਕ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਬਹੁਤ ਸ਼ੋਅਜ਼ ਚੱਲ ਰਹੇ ਨੇ ਮਿਸਿਸ ਪੰਜਾਬ ਦੇ ਨਾਮ ਤੋਂ, ਮਿਸਿਸ ਇੰਡੀਆ ਦੇ ਨਾਮ ਤੋਂ, ਬਟ ਸਾਡਾ ਸ਼ੋਅ ਰਜਿਸਟਰਡ ਹੈ। ਹਮੇਸ਼ਾ ਕਿਤੇ ਵੀ ਜਾਣ ਤੋਂ ਪਹਿਲਾਂ ਉਹਨਾਂ ਨੂੰ ਜ਼ਰੂਰ ਚੈੱਕ ਕਰੋ ਕਿ ਉਹਨਾਂ ਦਾ ਬੈਕਗਰਾਉਂਡ ਕੀ ਹੈ, ਉਹਨਾਂ ਨੇ ਕੀ ਕੀਤਾ, ਜਾਂ ਉੱਥੇ ਆਉਣ ਵਾਲੇ ਪਾਰਟੀਸਪੈਂਟਸ ਦੀ ਲਾਈਫ ਕਿੱਦਾਂ ਵਧੀਆ ਬਣੀ ਹੈ। ਸੋ ਅਸੀਂ ਨਾਲ ਨਾਲ ਸਾਰੀਆਂ ਅਪਡੇਟਸ ਦੇਵਾਂਗੇ, ਤੋਂ ਸਾਡਾ ਸਾਰਿਆਂ ਦਾ ਵੈਲਕਮ ਹੈ ਮਿਸਿਸ ਪੰਜਾਬ 2019 ਸੀਜ਼ਨ 5। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਹਰਪ੍ਰੀਤ ਕੌਰ ਫਰੋਮ 9 to 9 ਐਂਟਰਟੇਨਮੈਂਟ। ਅੱਜ ਅਸੀਂ ਲੁਧਿਆਣਾ ਮਿਸਿਸ ਪੰਜਾਬ ਦੇ ਆਡੀਸ਼ਨ ਲਈ ਲੁਧਿਆਣਾ ਮੰਚ 'ਤੇ ਪਹੁੰਚੇ ਹਾਂ, ਜਿਹਦੇ ਵਿੱਚ ਕਿ ਮਿਸਿਸ ਪੰਜਾਬ ਆਡੀਸ਼ਨਸ ਲਈ ਅਸੀਂ ਕੁਛ ਮੁਟਿਆਰਾਂ ਚੁਣਨੀਆਂ ਹਨ, ਜੋ ਕਿ ਫਿਨਾਲੇ ਵਿੱਚ ਮਿਸਿਸ ਪੰਜਾਬ ਦੇ ਫਿਨਾਲੇ ਵਿੱਚ ਜਾਣਗੀਆਂ। ਔਰ ਅੱਜ ਸਾਨੂੰ ਉਮੀਦ ਹੈ ਕਿ 20-25 ਪਾਰਟੀਸਪੈਂਟਸ ਆਲਰੇਡੀ ਆ ਚੁੱਕੇ ਹਨ, ਔਰ ਅੱਗੋਂ ਵੀ ਹੋਰ ਵੱਧ ਚੜ੍ਹ ਕੇ ਆਉਣਗੇ। ਨੈਕਸਟ ਸਾਡੇ ਆਡੀਸ਼ਨਸ ਨੇ ਲੁਧਿਆਣਾ ਤੋਂ ਬਾਅਦ ਜਲੰਧਰ, ਚੰਡੀਗੜ੍ਹ, ਪਟਿਆਲਾ, ਅੰਮ੍ਰਿਤਸਰ। ਤਾਂ ਇਹਦੇ ਵਿੱਚ ਬੇਸਿਕਲੀ ਕੀ ਹੈ ਕਿ ਮੈਰਿਡ ਵੂਮੈਨ ਵਾਸਤੇ ਇੱਕ ਐਸਾ ਪਲੇਟਫਾਰਮ ਹੈ ਜਿਹਦੇ ਵਿੱਚ ਕਿ ਸਾਰੀਆਂ ਹਾਊਸ ਵਾਈਫ ਜਾਂ ਕਿ ਵਰਕਿੰਗ ਵੂਮੈਨ, ਜਿਨ੍ਹਾਂ ਨੂੰ ਕਦੀ ਆਪਣੇ ਟੈਲੈਂਟ ਨੂੰ ਸ਼ੋਅ ਕਰਨ ਦਾ ਮੌਕਾ ਨਹੀਂ ਮਿਲਿਆ, ਔਰ ਅੱਜ ਮੌਕਾ ਮਿਲ ਰਿਹਾ ਹੈ, ਔਰ ਹੁਮ ਅੱਗੇ ਪਹੁੰਚ ਰਹੇ ਹਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਜਸਲੀਨ ਮਲਿਕ, ਮਿਸਿਸ ਲੁਧਿਆਣਾ 2018 ਐਂਡ ਮਿਸਿਸ ਬਿਊਟੀਫੁਲ ਸਕਿਨ 2018। ਤੋ ਅੱਜ ਅਸੀਂ ਆ ਚੁੱਕੇ ਹਾਂ ਰੈਡੀਸਨ ਬਲੂ 14 July ਲੁਧਿਆਣਾ ਆਡੀਸ਼ਨਸ ਮਿਸਿਸ ਪੰਜਾਬ ਸੀਜ਼ਨ 5 ਦੀਆਂ ਲੁਧਿਆਣਾ ਆਡੀਸ਼ਨਸ, ਜਿਹਦੇ ਵਿੱਚ ਕਿ ਅੱਜ ਚੁਣੀ ਜਾਏਗੀ ਮਿਸਿਸ ਲੁਧਿਆਣਾ 2019। ਬਹੁਤ ਖੁਸ਼ੀ ਹੋ ਰਹੀ ਹੈ, ਅਤੇ ਬਹੁਤ ਸਾਰੇ ਪਾਰਟੀਸੀਪੈਂਟਸ ਦੇਖ ਕੇ, ਬਹੁਤ ਸਾਰੇ ਨਵੇਂ ਚਿਹਰੇ ਦੇਖ ਕੇ ਅੱਜ ਇਹ ਖੁਸ਼ੀ ਮਿਲ ਰਹੀ ਹੈ ਕਿ ਲਾਸਟ ਈਅਰ ਜਿਸ ਸਟੇਜ 'ਤੇ ਮੈਂ ਪਰਫੋਰਮ ਕੀਤਾ ਸੀ, ਅੱਜ ਉੱਥੇ ਹੋਰ ਪਾਰਟੀਸੀਪੈਂਟਸ ਪਰਫੋਰਮ ਕਰਨਗੇ, ਅਤੇ ਜਿਵੇਂ ਮੈਨੂੰ ਕਰਾਊਨ ਮਿਲਿਆ ਸੀ ਉਵੇਂ ਅੱਜ ਮੈਂ ਮਿਸਿਸ ਲੁਧਿਆਣਾ 2019 ਨੂੰ ਕਰਾਊਨ ਦਊਂਗੀ। ਬਟ ਇੱਕ ਗੱਲ ਸੁਣ ਕੇ ਮੈਨੂੰ ਕਾਫੀ ਸ਼ੌਕ ਲੱਗਿਆ ਕਿ ਬਹੁਤ ਸਾਰੀ ਲੇਡੀਜ਼ ਸੀਗੀਆਂ, ਅਰਾਊਂਡ 30 to 35 ਲੇਡੀਜ਼ ਸੀਗੀਆਂ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਕੈਂਸਲ ਕੀਤੀਆਂ, ਇਸ ਕਰਕੇ ਬਿਕੋਜ਼ ਉਹਨਾਂ ਦੇ ਫੈਮਿਲੀ ਆ, ਉਹਨਾਂ ਦੇ ਹਸਬੈਂਡਸ ਨੇ ਉਹਨਾਂ ਨੂੰ ਸਪੋਰਟ ਨਹੀਂ ਕੀਤਾ। ਤਾਂ ਅੱਜ ਮੈਂ ਇਸ ਪੈਜੈਂਟ ਰਾਹੀਂ ਇਹ ਅਪੀਲ ਕਰਾਂਗੀ ਕਿ ਪਲੀਜ਼ ਆਪਣੀ ਵਾਈਫਸ ਨੂੰ, ਆਪਣੇ ਘਰ ਦੇ ਲੇਡੀਜ਼ ਨੂੰ ਅੱਗੇ ਆਉਣ ਦਿਉ, ਜੇ ਉਹਨਾਂ ਦਾ ਦਿਲ ਹੈ ਇਸੇ ਪੈਜੈਂਟ 'ਚ ਪਾਰਟੀਸਿਪੇਟ ਕਰਨ ਦਾ, ਤਾਂ ਉਹਨਾਂ ਨੂੰ ਪਲੀਜ਼ ਅੱਗੇ ਆਉਣ ਦਿਉ, ਉਹਨਾਂ ਨੂੰ ਵੀ ਜ਼ਿੰਦਗੀ ਜੀਣ ਦਾ ਮੌਕਾ ਦਿਉ, ਉਹਨਾਂ ਨੂੰ ਵੀ ਕੁਛ ਕਰਕੇ ਦਿਖਾਉਣ ਦਾ ਮੌਕਾ ਦਿਉ। ਸੋ ਆਲ ਦਾ ਬੈਸਟ, ਬਾਕੀ ਸਾਰੀ ਸ਼ਹਿਰ ਦੇ ਪਾਰਟੀਸੀਪੈਂਟਸ ਨੂੰ ਆਲ ਦਾ ਬੈਸਟ ਕਹਾਂਗੀ, ਜਲਦੀ ਜਲਦੀ ਰੈਡੀ ਹੋ ਜਾਓ, ਜਲਦੀ ਅਸੀਂ ਤੁਹਾਡੇ ਸ਼ਹਿਰ ਵੀ ਆ ਰਹੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਭ ਨੂੰ, ਮੇਰਾ ਨਾਮ ਲੀਨਾ ਚਾਵਲਾ ਹੈ, ਮੈਂ ਦਿੱਲੀ ਸੇ ਬਿਲੋਂਗ ਕਰਤੀ ਹੂੰ। ਮੇਰੀ 3 ਸਾਲ ਪਹਿਲੇ ਲੁਧਿਆਣਾ ਮੇਂ ਸ਼ਾਦੀ ਹੋਈ ਹੈ, ਮੈਂ BCA ਗ੍ਰੈਜੂਏਟ ਹੂੰ, ਔਰ ਮੈਨੇ ਰੀਸੈਂਟਲੀ BEd ਕੰਪਲੀਟ ਕੀ ਹੈ। ਥੈਂਕ ਯੂ। ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰੇ ਵੱਲੋਂ ਐਂਡ 9 to 9 ਐਂਟਰਟੇਨਮੈਂਟ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਨੂੰ ਮੈਰਿਟ ਲੇਡੀਜ਼ ਨੂੰ ਇਹ ਮੌਕਾ ਦਿੱਤਾ ਕਿ ਅਸੀਂ ਆਪਣੇ ਆਪ ਨੂੰ ਆਪਣੇ ਹੁਨਰ ਨੂੰ ਸਾਹਮਣੇ ਰੱਖ ਸਕੀਏ। ਮੇਰਾ ਨਾਮ ਪ੍ਰਿਆ ਰਾਣੀ ਹੈ, ਅਤੇ ਮੈਂ ਲੁਧਿਆਣੇ ਤੋਂ ਹੀ ਬਿਲੋਂਗ ਕਰਦੀ ਹਾਂ। ਮੇਰੀ ਮੈਰਿਜ ਨੂੰ 10 ਈਅਰ ਹੋ ਗਏ ਨੇ, ਅਤੇ ਮੇਰੇ 2 ਬੇਬੀਜ਼ ਨੇ, ਪ੍ਰੋਫੈਸ਼ਨਲ ਮੇਰਾ ਬਿਊਟੀਸ਼ੀਅਨ ਆ। ਥੈਂਕ ਯੂ। ਨਮਸਤੇ, ਸਤਿ ਸ਼੍ਰੀ ਅਕਾਲ, ਮੇਰਾ ਨਾਮ ਅੰਕਿਤਾ ਸ਼ਰਮਾ ਹੈ, ਮੈਂ ਸ਼ਿਮਲਾ ਸੇ ਆਈ ਹੂੰ, ਔਰ ਮੈਂ ਹਿਮਾਚਲ ਸੇ ਬਿਲੋਂਗ ਕਰਤੀ ਹੂੰ। ਮੈਨੇ ਗ੍ਰੈਜੂਏਸ਼ਨ ਪਲੱਸ ਫੈਸ਼ਨ ਡਿਜ਼ਾਇਨਿੰਗ ਕਾ ਕੋਰਸ ਕਰ ਰੱਖਾ ਹੈ, ਔਰ ਯਹਾਂ ਪੇ ਮੈਂ ਐਜ਼ ਏ ਮਰਚੈਂਡਾਈਜ਼ਿੰਗ ਜੋਬ ਕਰਤੀ ਹੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ, ਮੇਰਾ ਨਾਂ ਹੈ ਨਵਨੀਤ ਕੌਰ, ਅਤੇ ਮੈਂ ਰਾਜਪੁਰਾ ਸ਼ਹਿਰ ਤੋਂ ਬਿਲੋਂਗ ਕਰਦੀ ਹਾਂ। ਮੇਰੀ ਫੈਮਿਲੀ ਵਿੱਚ ਮੇਰੇ ਹਸਬੈਂਡ ਸਰਦਾਰ ਗੁਰਪ੍ਰੀਤ ਸਿੰਘ ਜੀ, ਮੇਰੇ ਫਾਦਰ ਇਨ ਲੋ ਸਰਦਾਰ ਰਜਿੰਦਰ ਸਿੰਘ ਜੀ, ਐਂਡ ਮਦਰ ਇਨ ਲੋ ਮਿਸਿਸ ਮਨਜੀਤ ਕੌਰ ਜੀ, ਐਂਡ ਮੇਰਾ ਇੱਕ ਬੇਟਾ ਹੈ ਜਿਸਦਾ ਨਾਂ ਹੈ ਇਸ਼ਰੂਪ ਸਿੰਘ, ਅਤੇ ਬਾਈ ਪ੍ਰੋਫੈਸ਼ਨ ਆਈ ਐਮ ਅ ਮਿਊਜ਼ਿਕ ਟੀਚਰ, ਐਂਡ ਮੇਰੀ ਹੋਬੀਜ਼ ਨੇ ਸਿੰਗਿੰਗ, ਡਾਂਸ ਐਂਡ ਕੁਕਿੰਗ। ਅਤੇ ਮੈਂ ਸਭ ਤੋਂ ਜ਼ਿਆਦਾ ਸਿੰਗਿੰਗ ਵਿੱਚ ਸੁਰਿੰਦਰ ਕੌਰ ਜੀ ਨੂੰ ਸੁਣਨਾ ਬਹੁਤ ਜ਼ਿਆਦਾ ਲਾਈਕ ਕਰਦੀ ਹਾਂ, ਬਿਕੋਜ਼ ਉਹਨਾਂ ਦੀ ਗਾਇਕੀ ਵਿੱਚ ਪੰਜਾਬ ਦਾ ਸੱਭਿਆਚਾਰ ਝਲਕ ਪੈਂਦੀ ਹੈ।
ਖੁਸ਼ਬੂ ਆਉਂਦੀ ਹੈ ਮਿੱਟੀ ਦੀ, ਇਸ ਕਰਕੇ ਮੈਂ ਉਹਨਾਂ ਨੂੰ ਸੁਣਨਾ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ। ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਗੁਰਦੀਪ ਕੌਰ ਹੈ, ਮੈਂ ਲੁਧਿਆਣੇ ਤੋਂ ਬਿਲੋਂਗ ਕਰਦੀ ਹਾਂ। ਬਾਈ ਪ੍ਰੋਫੈਸ਼ਨ ਮੈਂ ਟਿਊਟਰ ਹਾਂ, ਬੱਚਿਆਂ ਨੂੰ ਟੀਚਿੰਗ ਪ੍ਰੋਵਾਈਡ ਕਰਦੀ ਹਾਂ। ਮੈਂ ਇੱਕ ਜੁਆਇੰਟ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਮਨ ਹੈ, ਮੈਂ ਲੁਧਿਆਣਾ ਸ਼ਹਿਰ ਤੋਂ ਹੀ ਬਿਲੋਂਗ ਕਰਦੀ ਹਾਂ ਔਰ ਮੇਰਾ ਬ੍ਰਾਈਡਲ ਲਹਿੰਗੇ ਦਾ ਔਰ ਗਾਊਨ ਦਾ ਰੈਂਟਲ ਦਾ ਕੰਮ ਹੈ ਔਰ ਮੇਰੇ ਵਿਆਹ ਨੂੰ 20 ਸਾਲ ਹੋ ਗਏ ਹੈ ਔਰ ਮੇਰੇ ਦੋ ਬੱਚੇ ਹੈ ਔਰ ਮੇਰੀ ਬੜੀ ਬੇਟੀ 19 ਸਾਲ ਦੀ ਹੈ ਔਰ ਬੇਟਾ ਮੇਰਾ 15 ਸਾਲ ਦਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਮੈਂ ਲੁਧਿਆਣਾ ਸ਼ਹਿਰ ਤੋਂ ਬਿਲੋਂਗ ਕਰਦੀ ਹਾਂ। ਮੇਰੀ ਸਟੱਡੀ ਲੁਧਿਆਣੇ ਦੇ ਵਿੱਚ ਹੀ ਹੋਈ ਹੈ। ਮੇਰੇ ਹਸਬੈਂਡ ਦਾ ਨਾਮ ਮਿਸਟਰ ਮਨੀਸ਼ ਕੁਮਾਰ ਹੈ, ਬਾਈ ਪ੍ਰੋਫੈਸ਼ਨ ਮੇਰੇ ਹਸਬੈਂਡ ਪਟਵਾਰੀ ਨੇ ਅਤੇ ਮੈਂ ਮੇਕਅਪ ਆਰਟਿਸਟ ਹਾਂ। ਮੇਰੇ ਇੱਕ 4 ਸਾਲ ਦਾ ਬੇਟਾ ਆ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਸਿਮੀ ਗੁਪਤਾ ਹੈ ਅਤੇ ਮੇਰੇ ਹਸਬੈਂਡ ਦਾ ਨਾਮ ਸਾਹਿਲ ਗੁਪਤਾ ਹੈ। ਮੈਂ ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਹਾਂ ਅਤੇ ਮੇਰੇ ਹਸਬੈਂਡ ਬਿਜ਼ਨਸਮੈਨ ਹੈ ਔਰ ਮੈਂ ਉਹਨਾਂ ਦਾ ਬਿਜ਼ਨਸ ਦੇ ਵਿੱਚ ਹੈਲਪ ਕਰਦੀ ਹਾਂ ਅਤੇ ਮੇਰੀ 3.5 ਸਾਲ ਦੀ ਬੇਟੀ ਵੀ ਹੈ ਅਤੇ ਨਾਲ ਮੈਂ ਹਾਊਸ ਵਾਈਫ ਵੀ ਹਾਂ ਅਤੇ ਨਾਲ ਪਾਰਸ਼ਲੀ ਉਹਨਾਂ ਦਾ ਬਿਜ਼ਨਸ ਵਿੱਚ ਹੈਲਪ ਵੀ ਕਰਦੀ ਹਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਮੇਰਾ ਨਾਮ ਬ੍ਰਹਮਾ ਹੈ, ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਵਿਆਹੀ ਗਈ ਹਾਂ। ਮੇਰੀ ਇੱਕ ਪਿਆਰੀ ਜੀ ਕੁੜੀਆ ਹੈ ਜਿਸਦਾ ਨਾਮ ਦਵਿਸ਼ਾ ਹੈ। ਮੈਂ ਹਾਊਸ ਵਾਈਫ ਵੀ ਹਾਂ ਅਤੇ ਆਪਣੇ ਹਸਬੈਂਡ ਨਾਲ ਬਿਜ਼ਨਸ ਵੀ ਸੰਭਾਲਦੀ ਹਾਂ। ਮੈਨੂੰ ਡਾਂਸ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਹੈ। ਧੰਨਵਾਦ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰੁਮਾਨੀ ਹੈ ਅਤੇ ਮੇਰੇ ਮੀਆਂ ਜੀ ਦਾ ਨਾਮ ਹੈ ਮਿਸਟਰ ਮੋਹਿਤ। ਅੱਜ ਅਸੀਂ ਮਿਸਿਸ ਪੰਜਾਬ ਦੇ ਕੰਟੈਸਟ ਵਿੱਚ ਪਾਰਟੀਸਪੇਟ ਕਰਨ ਆਏ ਹਾਂ ਜਿਹੜਾ ਕਿ 9 to 9 ਐਂਟਰਟੇਨਮੈਂਟ ਦੀ ਟੀਮ ਵੱਲੋਂ ਕਰਵਾਇਆ ਜਾ ਰਿਹਾ। ਮੈਂ ਦਿਲੋਂ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਇਸ ਟੀਮ ਦਾ ਅਤੇ ਸਰਦਾਰ ਪਰਮਿੰਦਰ ਸਿੰਘ ਦਾ ਜਿਨ੍ਹਾਂ ਨੇ ਸਾਨੂੰ ਇਹ ਮੰਚ ਪ੍ਰੋਵਾਈਡ ਕੀਤਾ ਤਾਂ ਕਿ ਅਸੀਂ ਇੱਥੇ ਆ ਕੇ ਆਪਣਾ ਟੈਲੈਂਟ ਸ਼ੋਅ ਕਰ ਸਕੀਏ। ਮੈਂ ਬਾਏ ਪ੍ਰੋਫੈਸ਼ਨ ਇੱਕ ਟੀਚਰ ਹਾਂ ਅਤੇ ਮੈਂ ਗਵਰਨਮੈਂਟ ਸਕੂਲ PAU 'ਚ ਪੜ੍ਹਾਉਂਦੀ ਹਾਂ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਸ਼ਾਲੂ ਵਰਮਾ ਅਤੇ ਮੈਂ ਸਰਹੰਦ ਤੋਂ ਆਈ ਹਾਂ, ਫਤਿਹਗੜ੍ਹ ਸਾਹਿਬ ਤੋਂ। ਪੇਕੇ ਮੇਰੇ ਬਠਿੰਡਾ ਸ਼ਹਿਰ ਨੇ ਅਤੇ ਹਸਬੈਂਡ ਮੇਰੇ ਪ੍ਰੋਪਰਟੀ ਡੀਲਰ ਨੇ। ਮੇਰੀ ਮੈਰਿਜ ਨੂੰ 20 ਸਾਲ ਹੋ ਗਏ ਅਤੇ ਮੇਰੇ 4 ਬੱਚੇ ਨੇ ਜਿਨ੍ਹਾਂ 'ਚ 3 ਬੇਟੀਆਂ ਮੇਰੀਆਂ ਮੈਰਿਡ ਨੇ ਅਤੇ ਇੱਕ ਬੇਟਾ 8 ਸਾਲ। ਥੈਂਕ ਯੂ। ਪੰਜਾਬ ਮੇਰੇ ਦੇ ਬੰਕੇ ਗੱਭਰੂ, ਮਸਤ ਅਲੜ ਮੁਟਿਆਰਾਂ, ਨੱਚਦੇ ਟੱਪਦੇ ਗਿੱਧਾ ਪਾਉਂਦੇ, ਹਗਾਉਂਦੇ ਰਹਿੰਦੇ ਵਾਰਾਂ, ਪ੍ਰੇਮ ਲੜੀ ਵਿੱਚ ਇੰਜ ਪਰੋਏ ਜੋ ਕੁੰਜਾਂ ਦੀਆਂ ਤਾਰਾਂ, ਮੌਤ ਨਾਲ ਹੀ ਕਰਨ ਮਖੌਲਾਂ ਮਸਤੇ ਵਿੱਚ ਪਿਆਰਾਂ, ਕੁਦਰਤ ਦੇ ਕਾਵਰ ਅੱਗੇ ਮੈਂ ਇਹੋ ਅਰਜ਼ ਗੁਜ਼ਾਰਾਂ, ਦੇਸ ਮੇਰੇ ਪੰਜਾਬ ਦੀਆਂ ਖਿੜੀਆਂ ਰਹਿਣ ਬਹਾਰਾਂ, ਦੇਸ ਮੇਰੇ ਪੰਜਾਬ ਦੀਆਂ ਖਿੜੀਆਂ ਰਹਿਣ ਬਹਾਰਾਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੋਨੀਆ ਮਲਹੋਤਰਾ ਹੈ, ਮੈਂ MSc ਕੈਮਿਸਟਰੀ ਅਤੇ BA ਤੱਕ ਦੀ ਪੜ੍ਹਾਈ ਕੀਤੀ ਹੋਈ ਹੈ। ਮੇਰੇ 3 ਬੱਚੇ ਹਨ, 2 ਬੇਟੀਆਂ ਔਰ 1 ਬੇਟਾ। ਪ੍ਰੋਫੈਸ਼ਨਲੀ ਮੈਂ ਇੱਕ ਸਾਇੰਸ ਟੀਚਰ ਹਾਂ ਔਰ ਲੁਧਿਆਣੇ ਦੇ ਇੱਕ ਛੋਟੇ ਜਿਹੇ ਸਕੂਲ ਦੇ ਵਿੱਚ ਟੀਚ ਕਰ ਰਹੀ ਹਾਂ। ਇੱਥੇ ਆ ਕੇ ਅੱਜ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿਉਂਕਿ ਨੱਚਣਾ ਗਾਣਾ ਹੱਸਣਾ ਟੱਪਣਾ ਇੱਕ ਹਰ ਪੰਜਾਬੀ ਦਾ ਜਨਮ ਸਿੱਧ ਅਧਿਕਾਰ ਹੁੰਦਾ ਹੈ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਸਿਮਰਨਪ੍ਰੀਤ ਕੌਰ ਹੈ, ਮੈਂ ਸ਼੍ਰੀ ਮਾਛੀਵਾੜਾ ਸਾਹਿਬ ਦੀ ਰਹਿਣ ਵਾਲੀ ਹਾਂ। ਮੇਰੇ ਹਸਬੈਂਡ ਦਾ ਨਾਮ ਮਨਪ੍ਰੀਤ ਮਹਿਨਕਾ ਹੈ, ਮੇਰੇ ਵਿਆਹ ਨੂੰ 3 ਸਾਲ ਹੋ ਚੁੱਕੇ ਨੇ, ਮੇਰਾ 1.5 ਸਾਲ ਦਾ ਇੱਕ ਪਿਆਰਾ ਜਿਹਾ ਬੇਟਾ ਹੈ। ਬਾਈ ਪ੍ਰੋਫੈਸ਼ਨ ਮੈਂ ਅਤੇ ਮੇਰੇ ਹਸਬੈਂਡ ਦੋਨੋਂ ਹੀ ਕੋਸਮੈਟੋਲੋਜਿਸਟ ਹਾਂ। ਮੈਨੂੰ ਅੱਜ ਇਸ ਮੰਚ 'ਤੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ। ਮੈਂ ਪਰਮਿੰਦਰ ਸਰ ਅਤੇ 99 ਐਂਟਰਟੇਨਮੈਂਟ ਵਾਲਿਆਂ ਦੀ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਰਿਡ ਵੂਮੈਨਸ ਨੂੰ ਇੰਨਾ ਵਧੀਆ ਪਲੇਟਫਾਰਮ ਦਿੱਤਾ ਕਿ ਉਹ ਆਪਣੇ ਟੈਲੈਂਟ ਨੂੰ, ਆਪਣੇ ਹੁਨਰ ਨੂੰ ਸ਼ੋਅ ਕਰ ਸਕਣ। ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਨਵਿਆ ਕੌੜਾ ਹੈ, ਮੈਂ ਲੁਧਿਆਣਾ ਦੀ ਰਹਿਣ ਵਾਲੀ ਹਾਂ ਅਤੇ ਮੇਰਾ ਮੰਨਣਾ ਹੈ ਕਿ ਬਿਲੀਵ ਇਨ ਸਮਥਿੰਗ ਵਿਦ ਸੱਚ ਅ ਪੈਸ਼ਨ ਦੈਟ ਵਨ ਡੇ ਇਟ ਬਿਕਮਸ ਅ ਰਿਐਲਿਟੀ। ਅਤੇ ਮੈਂ ਇੱਦਾਂ ਹੀ ਕਾਲਜ ਲਾਈਫ ਤੋਂ ਲੈ ਕੇ ਹੁਣ ਤੱਕ ਮੈਂ ਇੰਨੇ ਬਿਊਟੀ ਪੈਜੈਂਟ ਵਿੱਚ ਪਾਰਟੀਸਿਪੇਟ ਕੀਤਾ ਅਤੇ ਰੀਸੈਂਟਲੀ ਮੈਂ ਮਿਸਿਸ ਗਲੋਬ ਇੰਡੀਆ 2019 ਵਿੱਚ ਮੋਸਟ ਅਟਰੈਕਟਿਵ ਪਰਸਨੈਲਿਟੀ ਦਾ ਟਾਈਟਲ ਵਿਨ ਕੀਤਾ। ਅਤੇ ਇੱਦਾਂ ਹੀ ਨਹੀਂ, ਮੈਂ ਹੋਰ ਛੋਟੇ ਛੋਟੇ ਲੈਵਲ ਤੋਂ ਉੱਤੇ ਉੱਠੀ ਹਾਂ, ਬਟ ਮੈਨੂੰ ਇੱਦਾਂ ਲੱਗਿਆ ਕਿ ਵੀ ਜੇ ਮੈਂ ਪੰਜਾਬ 'ਚ ਰਹਿੰਦੀ ਹਾਂ ਤਾਂ ਮੈਨੂੰ ਮੇਰੇ ਸਿਰ 'ਤੇ ਪੰਜਾਬ ਦਾ ਤਾਜ ਵੀ ਹੋਣਾ ਚਾਹੀਦਾ। ਅਤੇ ਅੱਜ ਮੈਂ ਇੱਥੇ ਇਸ ਲਈ ਹਾਂ, ਆਪਣੀ ਫੈਮਿਲੀ ਦੀ ਸਪੋਰਟ ਕਾਰਨ ਇੱਥੇ ਹਾਂ ਅਤੇ ਮੇਰਾ ਇੱਕ 10 months ਦਾ ਛੋਟਾ ਜਿਹਾ ਬੇਬੀ ਹੈ ਜਿਹਦਾ ਨਾਮ ਕ੍ਰਿਸ਼ਵ ਹੈ। ਅਤੇ ਮੈਨੂੰ ਇੱਦਾਂ ਲੱਗਦਾ ਹੈ ਕਿ ਦੇਰ ਇਜ਼ ਨੋ ਸ਼ਾਰਟਕੱਟ ਟੂ ਸਕਸੈਸ, ਹਾਰਡ ਵਰਕ, ਪੈਸ਼ਨ ਐਂਡ ਡੈਡੀਕੇਸ਼ਨ ਵਿਲ ਟੇਕ ਯੂ ਟੂ ਦ ਟੋਪ। ਥੈਂਕ ਯੂ ਸੋ ਮੱਚ।